बिस्मिल्लाहिर्रहमानिर्रहीम, अस्सलाम वालेकुम व्यूअर्स। उम्मीद करना है सारे ठीक हो सो, अल्लाह ताला ने पनाह चुस हो। मैं सन मेज़बान वकार अहमद तकीर, अपना फैमिली यूट्यूब चैनल जडियाल वाइज। व्यूअर्स, अज है 10 मुहर्रम और 10 मुहर्रम ने हवाले न जगह जगह सबीलां लगी वहाँ लोग नज़र न्याज देने पे। अज असा प्रोग्राम बनता है दुखला दुखला सासा के असा के चाहिए हाँ। बाकी सारे घर ने बाहर भी सबील लगी थी। क्या आंदा जी लवाया आपू खादा जी अला सारे घर ने बाहर भी क्या लगा अज दुध सोडा दुध बाया बिच ए बाया ने तुख मलंगा बिच। मैं आपू सोचना था शायद कोथरा आया लेकिन तुख मलंगा बाया वा ने बो जी बा अदरा जी ਬੋਨੇ ਨਾਲ ਤੋਂ ਰਾਹੀ ਰੱਖੋ ਨਹੀਂ ਕਿਹਾ ਨਹੀਂ। ਹਾਂਜੀ ਜਨਾਬ, ਕਿੰਨੀ ਦੇਰ ਹੋ ਗਈ ਲੱਗਿਆ ਵਾ? ਡੇਢ ਘੰਟਾ। ਕਿੰਨਾ ਕੋਰ ਹੈ ਪਿਛੇ? ਹੋਰ ਆਏ ਹੀ ਆਇਆ ਇਹ ਤਾਂ ਥੋੜਾ ਨਹੀਂ ਅੱਗੇ ਇੱਕ ਟੱਪ ਪੀ ਰਿਹਾ ਆਪੂ ਕਲਿਆ ਨਹੀਂ ਨਹੀਂ ਸਾਰਾ ਹੀ ਹਲਾ ਠੀਕ ਹੈ ਜੀ, ਅਸਾਂ ਵੀ ਹੁਣ ਨਿਕਲਾਂ। ਖੁਦ ਕਹਿ ਰਹੇ ਸਰ ਇੱਕ ਸਬੀਲ ਉਹ ਲੱਗੀ ਤਾਂ ਇੱਕ ਸਬੀਲ ਹੈ ਲਾਈ ਗੁੱਸਾ ਯਾਰਾ ਇਸਰਾਰ ਸਾਹਿਬ ਲਾਈ ਇਹ ਸਰ ਕਿਆ ਕਿਆ ਪਾਇਆ ਨੇ ਵਿੱਚ ਸਾਰਿਆਂ ਤਰਫੋਂ ਹੈ ਹਾਏ ਹਾਏ ਰਬੜੀ ਵੀ ਪਾਈ ਨੇ ਤੇ ਨਿੰਬੂ ਜੂਸ ਪਾਇਆ ਵਿੱਚ ਨਿੰਬੂ ਬਾਈ ਨਸਨੇ ਚ ਜੀ ਬਿਲਕੁਲ ਨਿੰਬੂ ਬਾਈ ਨਾ ਜੀ ਨਿੰਬੂ ਬਾਈ ਨਹੀਂ ਨਾ ਬਹੁਤ ਜੋ ਮਰਜ਼ੀ ਸਾਂ ਬਿਆ ਰੇਤ ਬਾਈ ਉੜੋ ਵਿੱਚ ਬਣ ਗਿਆ ਇਤਰਾਜ਼ ਹੋਣਾ ਜੀ ਅਲਾ ਬਣ ਗਿਆ ਇਤਰਾਜ਼ ਹੋਣਾ ਚਲੋ ਜੀ ਲੱਕ ਬੁਲ ਕਰਾਈਏ ਕੈਟਾ ਪਿਆ ਜਾਂ ਹੋਰ ਵੀ ਹੈ ਅੱਲਾ ਕਬੂਲ ਹੋਰ ਵੀ ਹੈ ਹੈਂ ਹੋਰ ਵੀ ਅੰਦਰ ਪਿਆ ਜਾ ਬਿਲਕੁਲ ਬੰਦੇ ਜ਼ਿਆਦਾ ਇਸਨ ਨਾ ਇਧਰੋਂ ਟਲ ਸਨ ਇਧਰੋਂ ਦੂਰੋਂ ਚੜ ਸਨ ਜੀ ਬਿਲਕੁਲ ਇਹ ਲੱਭ ਨਹੀਂ ਲਗਾ ਇਨਸ਼ਾਅੱਲਾ ਕੁਦਰ ਗਿਆ ਅੱਲਾ ਗਿਆ ਜੀ ਹੁਣ ਦੇਖੋ ਨਾ ਜੀ ਅੱਲਾ ਆ ਮੁਕੀ ਹੈ ਦੁਆ ਟਾਪੇ ਤੇਰੇ ਨਾਲ ਤੂੰ ਅੱਜ ਕੀ ਵਜਾ ਪਾਰਟੀ ਬਦਲਾਈ ਵੀ ਹਲਾ ਨਾ ਨਾ ਪੁੱਤਰ ਮਿਲੀ ਜੁਲੀ ਕੰਮ ਕਰੋ ਠੀਕ ਹੈ ਠੀਕ ਹੈ ਜਗ੍ਹਾ ਜਗ੍ਹਾ ਸਬੀਲਾਂ ਲੱਗੀਆਂ ਵਾ ਇੱਧਰ ਤੱਕੋ ਇੱਧਰ ਵੀ ਸਬੀਲ ਲੱਗੀ ਵੀ ਆ ਤਾਂ ਉਹ ਕਿਆ ਤੱਕੋ ਇੱਥੇ ਵੀ ਸਬੀਲ ਲੱਗੀ ਵੀ ਯਕੀਨ ਕਰੋ ਸਾਰੇ ਮੁਹੱਲੇ 'ਚ ਦੋ ਫਿਰ ਅੱਗੇ ਬਾਜ਼ਾਰਾਂ 'ਚ ਘਰਾਂ ਨੇ ਕੋਲ ਕਾਲ 3-4 ਸਬੀਲਾਂ ਲੱਗੀਆਂ ਵਾ ਸਨ ਹੁਣ ਇਹ ਵੀ ਤੱਕੋ ਹਰ ਪਾਸੇ ਸਬੀਲਾਂ ਹੀ ਸਬੀਲਾਂ ਨੇ ਇਹ ਜਿਹੜਾ ਬਾਜ਼ਾਰ ਨਾ ਏਰੀਆ ਆਇਆ ਨਾ ਬਾਜ਼ਾਰ ਨਾ ਏਰੀਆ ਇੱਥੇ ਜੀ ਆਇਆ ਲੋਕ ਚਾਵਲਾਂ ਨਹੀਂ ਨਿਆਜ਼ ਦੇਣੇ ਪੈਣ ਹਲਵੇ ਨਹੀਂ ਨਿਆਜ਼ ਦੇਣੇ ਖੀਰ ਦੇਣੇ ਨੇ ਸ਼ਰਬਤ ਦੇਣੇ ਨਾ ਦੁੱਧ ਸੋਡਾ ਦੇਣੇ ਨਾ ਅੜੀ ਸਾਰੀ ਚੀਜ਼ਾਂ ਨਾ ਵੀ ਬਸ ਜਿਹੜੇ ਲੋਕ ਨਿਆਜ਼ ਦੇ ਤੌਰ 'ਤੇ ਦੇਣੇ ਪਏ ਨਹੀਂ ਸਰ ਕਿਆ ਹੈ ਇਸ ਬਾਰੇ ਤੂੰ ਇਹ ਗੱਲ ਆਈ ਸਾਹਿਬ ਇਹ ਸਾਰੇ ਪਾਸੇ ਇਸ ਟਾਈਮ ਜਾਣੇ ਕਹਿਣਾ ਲੋਕ ਚਾਵਲ ਨਿਆਜ਼ ਸਾਰਾ ਕੁਝ ਇਨ ਕੇ ਲੋਕ ਇਸ ਤਰ੍ਹਾਂ ਜਾਣੇ ਲੱਗੇ ਨੇ 10 ਮੁਹਰਮ ਆਰਾਮ ਕੇ ਲੇਕਿਨ ਇਹ ਤੱਕ ਬਾਕੀ ਇਹ ਵੀ ਲੋਕ ਤਾਂ ਦੇਣੇ ਪਏ ਥੇ ਨਾ ਇੱਥੇ ਲੇਕਿਨ ਅੱਡੀ ਸਾਰੀ ਜਗ੍ਹਾ ਦੇਣੇ ਨਾ ਕੋਈ ਸਿਸਟਮ ਤਾਂ ਦਿਸਣਾ ਨਹੀਂ ਪਤਾ ਪਿਆ ਕਿਉਂਕਿ ਇੱਥੇ ਇਸ ਲੈ ਦੁਕਾਨਾਂ ਬੰਦ ਹਨ ਬੰਦੇ ਨੰਗਣੇ ਪਲੰਗਣੇ ਬੰਦੇ ਨਾ ਜਿਹੜੇ ਮਾਤਮ ਕਰ ਰਹੇ ਨੇ ਉਹਨਾਂ ਦਾ ਸਜ਼ਾ ਨਹੀਂ ਕਰਾਇਆ ਇਹ ਪਾਣੀ ਆ ਜਿਹੜਾ ਆਵਾਮ ਨੰਗੀ ਰਹੀ ਆ ਉਹਨਾਂ ਕੀ ਜਾਣੀ ਕਿ ਨਾ ਪਤਾ ਹੀ ਰਹੇ
ਜਿਹੜਾ ਬੰਦਾ ਸਫ਼ਰ ਕਰੀ ਰਿਹਾ ਮੋਟਰਸਾਈਕਲ ਗੱਡੀਆਂ ਬਣਾ ਵਾਸਤੇ ਸਾਰਿਆਂ ਵਾਸਤੇ ਉਹਨਾਂ ਤੋਂ ਆਹ ਵੀ ਸਪੀਡ ਲੱਗੀ ਵੀ ਇਹ ਲੋਕ ਬੇਸਿਕਲੀ ਕਰਨੇ ਸਵਾਬ ਵਾਸਤੇ ਹੈ ਮੈਂ ਇੱਕ ਮੋਦੀ ਸਾਹਿਬ ਕੋ ਪਤਾ ਕੀਤਾ ਨਾ ਤਾਂ ਇਸ ਵਜ੍ਹਾ ਸੀ ਪਤਾ ਕਰਨੇ ਦੀ ਵਜ੍ਹਾ ਸੀ ਕਿ ਟਿਕਟੋਕ ਉੱਪਰ ਮੈਂ ਦੱਸਿਆ ਆਨੇ ਕਿ ਬਿਦਤ ਹੈ ਲਾਉਣਾ ਲੇਕਿਨ ਸਾਰੇ ਮੌਲਵੀ ਸਾਹਿਬ ਆਖਨੇ ਨਾ ਕਿ ਇੰਨਾ ਮਾਲ ਆ ਮਾਲੋ ਬਿਨ ਨਹੀਂ ਆ ਤੁਸਾਂ ਨੀਅਤ ਪਰ ਹੈ ਸਾਰਾ ਕੁਝ ਤੁਸਾਂ ਨੇ ਨੀਅਤ ਕਿਆ ਆ ਅਗਰ ਤੁਸਾਂ ਨੀਅਤ ਸਵਾਬ ਵਾਲੀ ਹੈ ਤਾਂ ਤੁਸਾਂ ਕੀ ਸਵਾਬ ਹੈ ਤਾਂ ਨਹੀਂ ਤਾਂ ਗੁਨਾਹ ਹੀ ਗੁਨਾਹ ਉਹ ਬਿਦਤ ਇਸ ਵਾਸਤੇ ਆਖਨੇ ਨਾ ਕਿ ਇੱਕ ਦਹਿਰਾ ਸੋ ਮਖਸੂਸ ਕਰੀ ਕਿਨੋ ਮਸਲ 10 ਮੁਹਰਮ ਕੀ ਸਾਲਾ ਚ ਲਾਉਣੀ ਹੈ ਇਸ ਹਵਾਲੇ ਨਾਲ ਉਹ ਮੁਫਤੀ ਸਾਹਿਬ ਸਨ ਆਨੇ ਸਨ ਕਿ ਬਿਦਤ ਹੈ ਬਾਕੀ ਅਸਾਂ ਪੁੱਜੀ ਹੈ ਪਲੋਟਾਨੇ ਏਰੀਏ 'ਚ ਇਹ ਵੀ ਏਰੀਆ ਮਾਸ਼ਾਅੱਲਾ ਜ਼ਬਰਦਸਤ ਹੋ ਗਿਆ ਜਿਮ ਖੁੱਲ੍ਹਿਆ ਇੱਥੇ ਇਹ ਜਿਮ ਹੈ ਜਿੱਥੇ ਕੁੜੀਆਂ ਵੀ ਲਾਈ ਸਕਣੀਆਂ ਤਾਂ ਮੁੰਡੇ ਲਾਉਣੇ ਕੁੜੀਆਂ ਵਾਸਤੇ ਇੱਕ ਮਖਸੂਸ ਜਿਹਾ ਟਾਈਮ ਦਿੱਤਾ ਵਾ ਨੇ ਡਿਕਸੀ ਕੋਲ ਇਸਨੀ ਲੋਕੇਸ਼ਨ ਹੈ ਜੀ ਵੀਵਰਸ ਜਾਈ ਦੀ ਸਪਲਾਈ ਵਾਲੀ ਗੱਡੀ ਸਪਲਾਈ ਵਾਲੀ ਗੱਡੀ 'ਚ ਇਹ ਪਿਆ ਵਾ ਕੋਕ ਫੈਂਟਾ ਸਪਰਾਈਟ ਔਰ ਨਾਲ ਇਜ਼ਾਫਾ ਆਇਆ ਨੈਕਸਟ ਕੋਲਾਨਾ ਆ ਦੇਖੋ ਨੈਕਸਟ ਕੋਲਾਨਾ ਇਜ਼ਾਫਾ ਹੋ ਗਿਆ ਔਰ ਲੋਕਾਂ 'ਚ ਇਹ ਅਵੇਅਰਨੈਸ ਹੋ ਗਿਆ ਦਿਮ ਕਿਆ ਬਾਣੇ ਉਸ ਬਾਰੇ 'ਚ ਬਿਲਕੁਲ ਬਿਲਕੁਲ ਜੀ ਦੇਖੋ ਕਿ ਨੈਕਸਟ ਕੋਲਾ ਹੁਣ ਇਸ ਮਾਲ ਹੁਣ ਵੀ ਹੈ ਪਾਕਿਸਤਾਨੀ ਪ੍ਰੋਡਕਟ ਇਹ ਬੜੀ ਅੱਛੀ ਗੱਲ ਹੈ ਇਹ ਆਮ ਆਸਤੇ ਆਸਤੇ ਪਤਾ ਚੱਲੀ ਰਿਹਾ ਪਹਿਲੇ ਤਾਂ ਤੁਸੀਂ ਪਤਾ ਕਿ ਬੁੱਕ ਕਾਰਡ ਤੋਂ ਗੁੰਡਾਰ ਇਸਤੇਮਾਲ ਕਰਨੇ ਹੋਣੇ ਚਾਹੀਦੇ ਹੁਣ ਆਸਤੇ ਆਸਤੇ ਜੂਏ ਲੈਟਰਨ ਬਣਿਆ ਆ ਅਤੇ ਆਮ ਇਸਤੇਮਾਲ ਕਰਨ ਵੀ ਹੈ ਹੋਰ ਸਮਝ ਗਈ ਹੈ ਕਿ ਵਾਕਿਆ ਹੀ ਫਲਸਤੀਨ ਨੇ ਨਾਲ ਆਸਨੀ ਇੱਕ ਮੈਂ ਇਤਨਾ ਵੀ ਤਰੀਕਾਕਾਰ ਆ ਆਸਮ ਤਾਂ ਜੀ ਯਾਦ ਨਾ ਕਰੇ ਸਕਣਾ ਲੇਕਿਨ ਕਮ ਅਜ਼ ਕਮ ਇਸਰਾਇਲੀ ਨਾਮ ਸਮਾਤ ਨਾ ਲੇਕਿਨ ਆਸਾਂ ਨਾ ਗਰੁੱਪ ਐਨੇ ਕਸਾ ਉੱਥੇ ਤੱਕਣੇ ਆ ਕਿ ਪੈਪਸੀ ਵਾਲਿਆਂ ਇੱਕ ਬੋਤਲ ਕੱਢੀ ਹੈ ਟੀਮ ਜੀ ਟੀਮ ਬੋਤਲ ਹੈ ਉਹ ਪੈਪਸੀ ਵਾਲਿਆਂ ਨਹੀਂ ਹੈ ਹਾਲੇ ਨਾਂ ਚੇਂਜ ਕੀਤਾ ਨੇ ਕਿਉਂਕਿ ਲੋਕ ਬਾਈਕਾਟ ਕਰਨੇ ਪਏ ਬਾਈਕਾਟ ਦੀ ਵਜ੍ਹਾ ਤੋਂ ਉਹਨਾਂ ਕੀ ਕਾਫੀ ਨੁਕਸਾਨ ਹੋਣਾ ਪਿਆ ਔਰ ਉਸ ਨੁਕਸਾਨ ਤੋਂ ਬਚਣੇ ਵਾਸਤੇ ਇਹ ਉਹਨੇ ਸਮਝੀ ਕਿ ਚਾਲਾਂ ਚੱਲਣੇ ਪਏ ਨਾ ਇਹ ਲੋਕਾਂ ਕੀ ਪੈਗਾਮ ਵੀ ਥਿਆ ਕਿ ਉਹ ਬੋਤਲ ਇਸਤੇਮਾਲ ਨਾ ਕਰੋ ਸਾ ਕਿਆ ਬਾਣੀ ਉਸ ਬਾਰੇ ਚ ਬਿਲਕੁਲ ਬਿਲਕੁਲ ਚਾਲਾਂ ਦਾ ਚਲ ਸੁਣ ਕੇ ਕਿ ਉਹਨਾਂ ਹੀ ਜਿਹੜਾ ਨੁਕਸਾਨ ਹੋਇਆ ਆ ਕਿ ਹਾਲੇ ਤੇ ਕੋ ਬਰਾਉਣ ਨੇ ਨੁਕਸਾਨ ਹੋਇਆ ਆ ਇਸੇ ਤਰ੍ਹਾਂ KFC ਵਗੈਰਾ ਇਹਨਾਂ ਨੇ ਆਵਾਮ ਬਾਈਕਾਟ ਕੀਤਾ ਜਿਸ ਨੇ ਵਿੱਚ ਹਾਫ ਪ੍ਰੈਸ ਪਰ ਦੇਨੇ ਮਾਰੇ ਉਹ ਤਿਆਰ ਹੋ ਗਏ ਇੰਗਲੈਂਡ ਚ ਤੱਕੋ ਨਾ ਬਾਈਕ ਲਈ ਮਾ ਤੇ ਉਹਨਾਂ ਜਨਾਬ ਵਾਲਾ ਬਹੁਤ ਜ਼ਿਆਦਾ ਸਮਝ ਕੇ ਉਹ ਸੇਲਾਂ ਲਾਈਆਂ ਹੋਈਆਂ ਇਹ ਚੀਜ਼ਾਂ ਨਹੀਂ ਆ ਔਰ ਇੰਗਲੈਂਡ ਵਿੱਚ ਇਹਨਾਂ ਚੀਜ਼ਾਂ ਦਾ ਮਤਬਾਦਲ ਥਿਆ ਸ਼ੈਂਪੂ ਹੈ ਜਾਂ XYZ ਇਹਨਾਂ ਨੇ ਬਾਈਕਾਟ ਵੀ ਆਇਆ ਲੇਕਿਨ ਉਹਨਾਂ ਪ੍ਰੋਡਕਟ ਨਾਲ ਵੀ ਬਾਈਕਾਟ ਹੋ ਜਾਣਾ ਖਾਣੇ ਪੀਣੇ ਤੋਂ ਇਲਾਵਾ ਜਿਹੜੀ ਚੀਜ਼ਾਂ ਹਨ ਲੇਕਿਨ ਇੱਥੇ ਤੱਕੋ ਸ਼ੈਂਪੂ ਹੈ ਸਾਬਣ ਹੈ ਸਭ ਕੁਝ ਉਹਨਾਂ ਨਾਲ ਆਇਆ ਤੇ ਅਸਾਂ ਕਿਦਾਂ ਬਾਈਕਾਟ ਕਰ ਸਕਾਂ ਉਹਨਾਂ ਨਾਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੈ ਲੇਕਿਨ ਸ਼ੁਕਰ ਅਲਹਮਦੁਲਿਲਾ ਅਸਾਂ ਨੇ ਬਾਕੀ ਇਸ ਗੱਲ ਠੀਕ ਹੈ ਹਾਂ ਅਗਰ ਉਹਨਾਂ ਕੋਈ ਨਾ ਕੋਈ ਇਸ ਤਰ੍ਹਾਂ ਨਹੀਂ ਮਿਲਿਆ ਤਾਂ ਫਿਰ ਸਾਰੀ ਗੱਲ ਹੁਣ ਆਪਣੀ ਦਰਜ ਕਰਨੀ ਹੋਣੀ ਹੈ ਉਸ ਵਾਇਰ ਰੱਖੀ ਕਿੰਨੇ ਲੇਕਿਨ ਉਹਨਾਂ ਨੇ 100% ਕੋਸ਼ਿਸ਼ ਹੋਣੀ ਕਿ ਅਸਾਂ ਜਿਹੜੀ ਇਸਰਾਇਲੀ ਪ੍ਰੋਡਕਟ ਦੀ ਨਾਲ ਇਸਤੇਮਾਲ ਨਾ ਕਰਾਂ ਬਾਈਕਲੀ ਮਰੋਲਾ ਆਇਆ ਮੈਂ ਇੱਕ ਵਾਰ ਖੜਿਆ ਸਾਬਨ ਕਾ ਯਕੀਨ ਕਰੋ ਅਗਰ 10 ਧਾਰੇ ਬੰਦਾ ਨਾ ਨਾਣਾ ਹੈ ਉਸ ਬੰਦੇ ਨੇ ਇਤਨੀ ਬੋ ਨਹੀਂ ਹੋਣ ਲੱਗੀ ਜਿਹੜੇ ਪਾਕਿਸਤਾਨੀ ਸਾਬਣੇ ਨਹੀਂ ਬੋ ਸੀ ਯਕੀਨ ਕਰੋ ਬਿਲਕੁਲ ਨਾਣੇ ਨੇ ਕਾਬਲ ਕੋਈ ਸੀ ਤੇ ਪਾਕਿਸਤਾਨ ਜੈ ਜੀ ਸੱਚੀ ਗੱਲ ਆਪਣਾ ਬਣਾਇਆ ਵੀ ਤਾਂ ਕੁਝ ਨਹੀਂ ਨਾ ਜੀ ਜੀ ਆਪਣਾ ਬਣਾਇਆ ਨੇ ਹੁਣ ਸਲੋਲੀ ਸਲੋਲੀ ਵਿੱਚ ਵਿੱਚ ਪਾਕਿਸਤਾਨੀ ਸਾਬਣ ਆਏ ਜਿਹੜੇ ਹੁਣ ਬਿਹਤਰ ਵੀ ਹੈ ਪੁੱਜੇ ਆਏ ਆ ਸਾਨੂੰ ਕੋਟਾ ਸਰਕ ਸੂਰਤ ਹਾਲ ਵਾਲੀ ਹੈ ਕਿ ਤੂੰ ਹਾਲੀ ਇੱਕ ਗੱਡੀ ਗੁਜ਼ਰ ਸਕਣੀ ਟਰਾਲੀ 'ਚ ਨਹੀਂ ਸੀ ਅਸਾਂ ਕੀਤਾ ਵੇਟ ਵਾਲਕਮ ਸਲਾਮ ਇੱਧਰੋਂ ਵਾਲਕਮ ਸਲਾਮ ਅਤੇ ਇੱਧਰੋਂ ਵਾਲਕਮ ਸਲਾਮ ਬਾਈਕਲੀ ਮੈਂ ਲੋਕ ਬੜੇ ਖੁਸ਼ ਹੋਣੇ ਨਾ ਜਿਹੜੇ ਆਪਣੇ ਗੱਲੀ ਮਹੱਲੇ ਆ ਕੇ ਥੱਕਣੇ ਔਰ ਸਾਰਾ ਕਜ਼ਨ ਆਇਆ ਨਾ ਆਉਣਾ ਯਕੀਨ ਕਰੋ ਜਿਹੜਾ ਦਿਲ ਪਰੇਸ਼ਾਨ ਹੋਣਾ ਸੀ ਨਾ ਤਾਂ ਮੈਂ ਇਹ ਕਰਨਾ ਸਾਂ ਕੋਈ ਵੀਡੀਓ ਲਾਈਕ ਕਰਨਾ ਸਾਂ ਸੋਨੀ ਅਤੇ ਆਪਣੇ ਗੱਲੀ ਕੀ ਥੱਕਣਾ ਸਾਂ ਤਾਂ ਖੁਸ਼ ਹੋ ਜਾਣਾ ਸਾਂ ਇਹ ਗੱਲੀ
ਹੁੰਦੇ ਨਾ, ਤਾਂ ਇਸ ਵਾਸਤੇ ਮੈਂ ਜ਼ਿਆਦਾਤਰ ਕੋਸ਼ਿਸ਼ ਕਰਨਾ ਹੋਣਾ ਆ ਕਿ ਗਲੀ ਮਹੱਲਿਆਂ ਦੀ ਵੀਡੀਓ ਜ਼ਿਆਦਾ ਬਣਾਈ ਜਾਏ। ਇਹਨਾਂ ਜਾਣਿਆ ਇੱਥੇ ਲਾਏ ਵੀ ਸਬੀਲ, ਇਹ ਤਾਂ ਸਾਦਾ ਸ਼ਰਬਤ ਆ ਭਾਈ, ਇਹ ਤਾਂ ਸਾਦਾ ਸ਼ਰਬਤ ਦੇਣੇ ਪਿਓ, ਇਹ ਦੁੱਧ ਸੋਡਾ ਹੋਣਾ ਚਾਹੀਦਾ, ਇਹਨਾਂ ਲਿੰਬੂ ਲਿੰਬੂ ਪਾ ਲੈਣਾ, ਉਹ ਕਿਆ ਕਰਨੇ ਸਰ, ਉਹ ਗ੍ਰਾਂ ਆ, ਗ੍ਰਾਂ 'ਚ ਜਨਾਬ ਮਜ਼ਾ ਹੀ ਮਜ਼ਾ। ਚਲੋ ਜੀ ਸਾਜੀ, ਅਸਾਂ ਦੱਸਿਆ ਸੀ ਅਸਾਂ ਜਾ ਰਹੇ ਹਾਂ ਦੁਰਬਲਾ, ਦੁਰਬਲਾ ਮੈਨ ਜਾਣੇ ਨੀ ਵਜਾ ਆਈ ਹੈ ਤੇ ਅਸਾਂ ਠਕਰਾਣਾ ਚਾਹੁੰਦੇ ਬੋਰ, ਅੱਜ 10 ਮੁਹਰਮ ਹੈ, ਮੈਂ ਚਾਹੁੰਦਾ ਸਾਂ ਕਿ ਮਾਰੀ ਦਿਲੀ ਤੌਰ ਪਰ ਖੁਆਇਸ਼ ਸੀ ਕਿ ਅਸਾਂ 10 ਮੁਹਰਮ ਜੀ ਕਰਾਂ, ਇਸ ਨੇ ਵਜ੍ਹਾ ਹੈ ਕਿ ਆਨੇ ਇਨਾ ਮਾਲ ਆ ਮਾਲੋ ਬਿੰਨੀ ਆ ਅਮਲਾਂ ਨੇ ਦਾਰੋ ਮਦਾਰ ਨੀਤਾਂ ਪਰ ਹੈ, ਤਾਂ ਅਸਾਂ ਨੇ ਨੀਅਤ ਇਹ ਸੀ ਕਿ 10 ਮੁਹਰਮ ਕਰਾਸਾਂ ਤਾਂ ਅੱਲਾਹ ਤਾਲਾ ਨੇ ਜ਼ਾਤ ਜ਼ਿਆਦਾ ਅਜਰ ਦੇਣੀ ਹੈ, ਕਿਉਂਕਿ ਕੁਝ ਦਿਹਾੜੇ ਹੋਣੇ ਨਾ ਉਸ ਉਹਨਾਂ ਦਿਹਾੜਿਆਂ ਦੀ ਫਜ਼ੀਲਤ ਹੋਣੀ, ਬਰਕਤ ਹੋਣੀ, ਤਾਂ ਅੱਜ 10 ਮੁਹਰਮ ਆਨੇ ਇੱਕ ਪਲ ਥੀ ਹਕੂਮਤ ਯਜ਼ੀਦ ਕੀ, ਸਦੀਆਂ ਹੁਸੈਨ ਕੀ ਹੈ ਜ਼ਮਾਨਾ ਹੁਸੈਨ ਕਾ, ਹੁਣ ਅਸਾਂ ਜੁਲੇ ਹਾਂ ਉਸ ਜਗ੍ਹਾ ਜਿਸ ਜਗ੍ਹਾ ਅਸਾਂ ਬੋਰ ਕਰਾਉਣੇ ਪਏ ਹਾਂ, ਅਸਾਂ ਨੈਸ਼ਨਲ ਤੋਂ ਪਹਿਲੇ ਉਸ ਕੰਮ ਸਟਾਰਟ ਕਰੀ ਹੋਇਆ ਸੀ, ਅਸਾਂ ਚਾਹੁੰਦੇ ਸਾਂ ਕਿ ਉੱਥੇ ਦੁਆ ਕਰਾਂ, ਲੇਕਿਨ ਉਹ ਪਖਤੂਨ ਸਾਰੇ ਭਾਈ ਹੈ ਨਾ ਮਾਸ਼ਾਅੱਲਾ, ਉਹ ਜ਼ਰਾ ਕੁ ਜ਼ਿਆਦਾ ਜਲਦੀ 'ਚ ਹੋਣੇ, ਸਬਰ ਨਹੀਂ ਕਰਨੇ, ਸਬਰ ਨਹੀਂ ਕਰਨੇ, ਤਾਂ ਪਾਈਕਲੀਮ ਵੀ ਆਇਆ ਨੇ, ਪਾਈਕਲੀਮ ਹੁਣ ਅਸਾਂ ਕਿ ਰੈਕਮੈਂਡ ਕੀਤੀ ਸੀ ਇਹ ਜਗ੍ਹਾ, ਕਿਉਂਕਿ ਮਾੜੀ ਫੈਮਿਲੀ ਸੀ ਉਹਨਾਂ ਕਿ ਪੈਸੇ ਭੇਜੇ ਸਨ ਕਿ ਉਹ ਚਾਹੁੰਦੇ ਸਨ ਕਿ ਇੱਥੇ ਬੋਰ ਕਰਾਓ, ਤਾਂ ਬੋਰਨੇ ਵਾਲੇ ਨਾਲ ਮੈਂ ਪਾਈਕਲੀਮ ਨਾਲ ਗੱਲ ਕੀਤੀ, ਪਾਈਕਲੀਮ ਕਿ ਇੱਥੇ ਪਹਿਲੇ ਵੀ ਆਉਂਦਾ ਸੀ, ਕਿਉਂਕਿ ਅਸਾਂ ਇਸ ਜਗ੍ਹਾ ਬਾਰੇ ਜਦ ਸਰਵੇ ਕਰ ਰਹੇ ਸਾਂ, ਅਸਾਂ ਇਸ ਹਵਾਲੇ ਨਾਲ ਅਸਾਂ ਨਹੀਂ ਆਇਆ ਕਿ ਅਸਾਂ ਇੱਥੇ ਬੋਰ ਕਰਾਸਾਂ ਕਰਾਸਾਂ, ਅਸਾਂ ਤੱਕਿਆ ਕਿ ਵਾਕਈ ਇਹ ਲੋਕ ਇੱਥੇ ਮੁਸਤਹਿਕ ਹਨ, ਅਗਰ ਉਸ ਪਾਸਾ ਤੱਕੀ ਸਕੋ ਉਸ ਪਾਸਾ ਇੱਕ ਮਸਜਿਦ ਵੀ ਹੈ ਔਰ ਸਕੂਲ ਵੀ ਹੈ, ਜ਼ਰਾ ਇੱਥੇ ਪਾਣੀ ਹੋ ਸੀ ਨਾ ਹੋ ਸੀ, ਲੇਕਿਨ ਇਹ ਪਾਣੀ ਇੱਥੇ ਵੀ ਛੀ ਸਕਣਾ ਪੈਪਾਂ ਦੇ ਜ਼ਰੀਏ, ਪਾਈਕਲੀਮ ਸੋ ਇਸ ਬਾਰੇ ਕਿਆ ਬਣਿਆ ਕਿ ਆਇਆ ਇਹ ਪਾਣੀ ਇੱਥੇ ਇਸਤੇਮਾਲ ਹੋ ਸੀ ਜਾਂ ਨਾ ਸਕੂਲ, ਉਸ ਤੋਂ ਬਾਅਦ ਆ ਗਿਆ ਕਬਰਸਤਾਨ ਵੀ ਹੈ, ਪਾਈਕਲੀਮ ਸੋ ਇਸ ਬਾਰੇ ਕਿਆ ਆਖਦੇ ਹੋ ਕਿ ਇਸ ਜਗ੍ਹਾ ਨਾ ਪਾਣੀ ਕਿੱਧਰ ਛੀ ਸਕਣਾ ਜਾਂ ਢਲਾਈ ਫਿਰ ਪਾਣੀ ਆ ਕਿਆ ਸੂਰਤ ਹਾਲ ਹੈ? ਬਿਲਕੁਲ ਜੀ, ਹਾਜੀ ਸਾਹਿਬ ਗੱਲ ਇਹ ਕਿ ਮਾਸ਼ਾਅੱਲਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੋ ਪਹਿਲੇ ਆਇਆ ਇੱਥੇ ਤੱਕਿਆ ਦੇ ਆਪੂ ਤੱਕੀ ਦੇ ਸਵਾ ਹੈ ਕਿ ਵਾਕਈ ਬੰਦੇ ਮੁਸਤਹਿਕ ਹੈ, ਔਰ ਜਿਹਨਾਂ ਜਿਹਨਾਂ ਬੰਦੇ ਇਸ ਨੇ ਅੰਦਰ ਹਿੱਸਾ ਡਾਲਿਆ ਹੈ ਆਪਣਾ ਆਉਣੇ ਕਿ ਕੋਈ ਜਿਤਨਾ ਵੀ ਹਿੱਸਾ ਡਾਲਿਆ ਅੱਲਾਹ ਤਾਲਾ ਨੇ ਜ਼ਾਤ ਤੱਕ ਨਹੀਂ ਲਿਆ, ਹੁਣ ਸਾਰੇ ਨੇ ਬੰਦਾ ਨਾ ਕਿ ਨਾ ਜਾਂ ਕੋਈ ਇਸ ਤਰ੍ਹਾਂ ਨਾ, ਉਹ ਜ਼ਰੂਰੀ ਨਹੀਂ ਆਉਣਾ, ਅੱਲਾਹ ਤਾਲਾ ਸਾਰਿਆਂ ਕੀ ਜਿਹੜਾ ਫਰਮਾਉਂਦਾ ਵਾਕਈ ਸੀਗਾ ਪਾਣੀਆਂ ਦੀ ਜ਼ਰੂਰਤ ਸੀ, ਪਹਿਲਾਂ ਇੱਕ ਬੋਰ ਆਇਆ ਸੀ 6-7 ਘਰ ਹੈ, ਅਤੇ ਉਹਨਾਂ ਕੀ ਸਾਰਿਆਂ ਕੀ ਪਾਣੀ ਫਿਰ ਨਹੀਂ ਸਭ ਪੂਰਾ ਹੋਣਾ ਇੱਕ ਜਗ੍ਹਾ ਸੀ, ਕਿਉਂਕਿ ਅੱਜ ਕੱਲ੍ਹ ਤੁਸੀਂ ਪਤਾ ਕਿ ਇੱਕ ਕਾਰਨ ਅੰਦਰ ਸਿਰਫ ਪਾਣੀ ਕਿਤਨਾ ਜ਼ਿਆਦਾ ਇਸਤੇਮਾਲ ਹੋਣਾ ਹੈ, ਉਸ ਬਾਰੇ ਨਾਲ ਅਗਰ ਤੱਕਿਆ ਜਾਂਦਾ ਹੈ, ਬਾਕੀ ਹੈ ਕਿ ਸਰ ਸਕੂਲ ਆਇਆ ਤਾਂ ਮਸਜਿਦ ਵੀ ਆਇਆ, ਹੁਣ ਇਸ ਤਰ੍ਹਾਂ ਵੀ ਹੋ ਸਕਣਾ ਦੂਸਰੇ ਆਪਸ਼ਨ ਹੋਣੇ, ਇਹਦਾ ਡਿਪੈਂਡ ਕਰਨਾ ਕਿ ਪਹਿਲੇ ਸਕੂਲ ਔਰ ਮਸਜਿਦ ਕੀ ਪਾਣੀ ਕਿਤਨਾ ਅਛਨਾਇਆ, ਅਗਰ ਹੋਰ ਜ਼ਰੂਰਤ ਸੀ ਫਿਰ ਇੱਥੋਂ ਵੀ ਅਸੀਂ ਪੈਪ ਲੈ ਸਕਦੇ ਹਾਂ, ਇਹ ਜਿਸ ਤਰ੍ਹਾਂ ਮੁਕੰਮਲ ਹੋ ਸੀ ਔਰ ਪਾਣੀਆਂ ਨੂੰ ਵੀ ਤੱਕਣਾ ਪਿਆ ਸੀ ਕਿ ਪਾਣੀ ਕਿਤਨਾ ਆਇਆ, ਪੈਦਲ ਜਾਣੇ ਪਿਆਰ ਜਿਹੜੀ ਲਾ ਰਸਤਾ ਕਿਹੜਾ ਜਾਸੀ ਰਸਤਾ ਜਾਸੀ ਨੇ ਉਹ ਤਾਂ ਪੱਕੀ ਸੜਕ ਉਹ ਨਹੀਂ ਕੰਕਰੀਟ ਗੱਡੀ ਜਾਸੀ ਆ ਪੈਦਲ ਜਾਸੀ ਨਾ ਨਾ ਗੱਡੀ ਜਾਣੀ ਪਿਆਰ ਜਿਹੜੀ ਲਾ ਹਲੋ ਕਿਆ ਸਮਝ ਨਹੀਂ ਆ ਗੱਡੀ ਉੱਥੇ ਰਹਿੰਦੇ ਹੋ ਆਸਾ ਪੈਦਲ ਜਾਣੇ
ਬਮਨ ਹੈ। ਅੱਛਾ ਇਹ ਬਾਤ ਬਤਾਓ ਕਿਆ ਮਸਲਾ ਹੁਆ ਅਭੀ? ਬਾਟੇ ਆ ਗਿਆ। ਆਪਕੋ ਕਿਸਨੇ ਬੋਲਾ ਥਾ ਅਭੀ ਸਟਾਰਟ ਕਰੋ ਕਾਮ? ਹਾਂ ਕਿਸਨੇ ਬੋਲਾ ਥਾ ਸਟਾਰਟ ਕਰੋ? ਕਿਸਕੀ ਇਜਾਜ਼ਤ ਸੇ ਕਾਮ ਸਟਾਰਟ ਕੀਆ ਹੈ? ਓ ਨਹੀਂ ਓ ਗਾਇਆ ਟਿਕਾਦਾ। ਹਾਂ ਯਾਰ ਹਮਾਰੀ ਜੋ ਬਾਤ ਉਨਸੇ ਹੋਈ ਥੀ ਨਾ ਵੋ ਐਸੇ ਥੇ ਕਿ ਆਪ ਕਾਮ ਸਟਾਰਟ ਨਹੀਂ ਕਰੋਗੇ, ਹਮ ਆਏਂਗੇ ਪਹਿਲੇ ਇਧਰ ਦੁਆ ਮੰਗੇਂਗੇ, ਦੁਆ ਕੇ ਬਾਅਦ ਕਾਮ ਸਟਾਰਟ ਕਰੋਗੇ। ਮੈਂ ਬਣੇਗੀ ਤਾਂ ਪੁੱਛੇ ਨਾ, ਮੈਂ ਬੂ ਬਾਇਆ ਠੇਕਾ ਰਹੇ ਨੇ ਉਸਨੇ ਪੁੱਛਿਆ। ਤਾਂ ਅਬ ਬਤਾਓ ਇਸ ਚੀਜ਼ ਇਹ ਪੱਥਰ ਆ ਗਿਆ ਨਾ, ਇਸ ਚੀਜ਼ ਦਾ ਜ਼ਿੰਮੇਦਾਰ ਕੌਣ ਹੈ? ਮੈਂ ਕੀ ਪਤਾ ਹੈ। ਆਪ ਠੇਕਦਾਰ ਸੇ ਬਾਤ ਕਰੋ, ਹਮਾਰੀ ਠੇਕਦਾਰ ਸੇ ਬਾਤ ਕਰੋ। ਦੁਆ ਮੰਗਾਸਾਂ ਕਿਉਂਕਿ ਜਿਹੜੇ ਲੋਕ ਸਾਰੇ ਤਾਮਨ ਕਰਨੇ ਨਾ, ਉਹਨਾਂ ਕਿਸ ਕੋ ਸਬੂਤ ਵੀ ਤਾਂ ਦੇਣਾ ਹੋਣਾ ਨਾ ਭਾਈ, ਅਸਾਂ ਕਰਾਉਣ ਲੱਗੇ ਆ, ਇਹ ਸਿਸਟਮ ਹੈ, ਪ੍ਰੋਸੈਸ ਹੈ। ਆਓ ਕਨਾ ਆਓ ਕਨਾ ਆਬ ਹਾਂ ਸਾਹਿਬ ਹਮ ਜਾਏ ਆ ਫਿਰ ਘਰ ਚਲੋ ਚਲੋ ਠੀਕ ਹੈ, ਹੱਲ ਕਰ ਸੋ ਪਲੀਜ਼ ਹਲਾ, ਕਿਉਂਕਿ ਅੱਗੇ ਫਿਰ ਬਾਰਿਸ਼ਾਂ ਹੋ ਜਾਣ ਤਾਂ ਫਿਰ ਮਸਲਾ ਬਣੀ ਜਾਣਾ ਜੀ। ਠੀਕ ਹੈ ਮਿਹਰਬਾਨੀ। ਅੱਛਾ ਵੀ ਬਸ ਇਸ ਹਾਲੇ ਕਿ ਅਸਾਂ ਜਿਸ ਜਗ੍ਹਾ ਆਏ ਸਾਂ ਕੰਮ ਤਾਂ ਸਾਰਾ ਰੁਕੀ ਗਿਆ, ਕੰਮ ਰੁਕਣੇ ਦੀ ਵਜ੍ਹਾ ਇਹ ਆਇਆ ਕਿ ਕਿੱਥਾ ਨੀਚੇ ਆ ਗਿਆ ਪੱਥਰ ਐਦਾ, ਇਹ 10 ਇੰਚ ਦੀ ਬੋਕੀ ਹੈ ਅਤੇ ਕੰਮ ਸਟਾਰਟ ਕਰਿਆ ਅਸੀਂ, ਇਹ ਜਬ 22 ਫੁੱਟ ਨੀਚੇ ਗਈ ਹੈ ਅਤੇ ਨੀਚੇ ਪੱਥਰ ਆ ਗਿਆ, ਕੰਮ ਬਿਲਕੁਲ ਰੁਕੀ ਗਿਆ। ਫਿਰ ਅਸਾਂ ਹਾਂ ਉਹਨਾਂ ਨਾਲ ਗੱਲ ਕੀਤੀ, ਤੁਸੀਂ ਆਨੋ ਗਾਰਾ ਗਾਰਾ ਉਹਨੂੰ ਵਿੱਚ ਬਹੁ, ਅਗਰ ਚਲੀ ਗਿਆ ਠੀਕ ਹੈ, ਨਾ ਹੋਇਆ ਤਾਂ ਕੱਲ੍ਹ ਜਿਹੜਾ ਨਾ ਦੁਬਾਰਾ ਕੰਮ ਸਟਾਰਟ ਕਰਦੇ ਸਾਂ ਤਾਂ ਖੱਟ ਤੱਕੀ ਜਿਹਨੂੰ ਪੁਰਾਣਾ ਦੇਸੀ ਮਾਹੌਲ ਹੈ, ਮਾਸ਼ਾਅੱਲਾ ਬੜੇ ਬੰਦੇ ਵੀ ਬੈਠੇ ਹੋਏ, ਬਜ਼ੁਰਗ ਸਾਰੇ ਬੈਠੇ ਹੋਏ ਨੇ ਇਸ ਏਰੀਏ ਨੇ ਬੂਟਾ ਆਇਆ ਅੰਬ ਹੈ ਨਾ, ਤਾਂ ਬੁਨੀ ਤੱਕ ਸਿੱਖਣੇ ਹੋ ਇਸ ਬੂਟੇ ਨੇ ਅੰਬ ਜ਼ਾਹਿਰ ਹੈ ਕੋਈ ਝਖੜਿਆਂ ਨਾਲ ਟਈ ਪਏ ਤਾਂ ਖਾਣ ਨਹੀਂ ਹੋਏ ਕਿਸੇ ਕੋਲੋਂ, ਬਾਕੀ ਇਸ ਪਾਸੇ ਕੋਲ ਕਾਲ ਤੱਕਣੇ ਮਤਲਬ ਕੋਈ ਅੰਬ ਲਗਾ ਹੋਇਆ। ਅੱਛਾ ਜੀ ਸਾਲੇ ਹਾਂ ਇੱਥੇ ਆ ਬੂਟਾ ਅੰਬਾਂ ਨਾ, ਇਹ ਪਤਾ ਨਹੀਂ ਮਾਖੜੀਆਂ ਹਨ ਜਾਂ ਅੰਬ ਹੈ, ਫੁੱਲਾਂ ਨੇ ਚੈੱਕ ਕਰਨੇ ਹਾਂ ਕਿਆ ਸੂਰਤ ਹਾਲ ਹੈ, ਜਾਣ ਕੋ ਸਾਰੀ ਵੀ ਹੈ ਜੀ ਇਹ ਨਵਾਂ ਟੰਗਣ ਨਹੀਂ ਨਾ ਜਾਏ। ਨਾ ਨਾ ਜਗ੍ਹਾ ਥੋੜ੍ਹੀ ਮਾੜੀ ਹੈ, ਜਗ੍ਹਾ ਮਾੜੀ ਹੈ ਵੇਚ ਸਾਹਿਬ, ਇਹ ਕੱਚੀ ਮੁੱਕੜੀ ਹੈ, ਆਡੀਅੰਸ ਜੀ ਕੋਲੋਂ ਸਾਲੋ, ਇਹ ਅਕਸਰ ਲੋਕ ਕੱਚੀ ਵੀ ਖਾਣੇ ਕੱਚੀ ਸਰ ਖਾਣੇ, ਇਸ ਨੇ ਪਰ ਕਾਲੀਆਂ ਮਿਰਚਾਂ ਪਾਉਣੇ ਔਰ ਨਮਕ ਪਾਉਣੇ, ਪਰ ਕੁਝ ਮਸਾਲਾ ਵੀ ਪਾਉਣੇ ਨੇ, ਔਰ ਕੁਝ ਲੋਕ ਇਸਨੀ ਵਿੱਚ ਉੜੀ ਕੱਢੀ ਨਾ ਤਾਂ ਬਣਾਉਣੀ ਚਟਨੀ, ਦੋ ਤਰੀਕੇ ਨਾਲ, ਤ੍ਰੀਆ ਤਰੀਕਾ ਕਾਰ ਹੋਣਾ ਇਸਕੀ ਕੱਟੀ ਨਾ ਤਾਂ ਇਸਨੇ ਚਾਰ ਪਾਉਣੇ, ਔਰ ਚੌਥਾ ਤਰੀਕਾ ਕਾਰ ਹੀ ਹੋਣਾ ਇਸਕੇ ਉੱਪਰ ਲਗਾ ਰਹਿਣ ਦਿਓ, ਇਹ ਤਿਆਰ ਹੋਈ ਤਾਂ ਅੰਬ ਬਣ ਜਾਸੀ। ਲੇਕਿਨ ਇਹ ਅੰਬ ਰੇਸ ਇਹ ਨਿੱਕਾ ਅੰਬ ਹੋਣਾ ਨਾ, ਇਹ ਚਾਰ ਹੀ ਅੰਬ ਹੋਣਾ, ਚਾਰ ਨਾ ਇਹ ਤਿਆਰ ਹੋ ਜਾਏ, ਕਈ ਬੰਦੇ ਇਸਨੇ ਪਾਇਨ ਐਪਲ ਵੀ ਪਾਈ ਹੋਣਾ, ਦੂਸਰਾ ਨਹੀਂ ਹੋਣਾ ਉਹ ਪਾਇਲ ਜਿਹੜੀ ਹੋਣੀ ਜਿਹੜੀ ਉਹ
ਲੇਕਿਨ ਮੈਂ ਤੱਕਣਾ ਪਿਆ ਜਿਸ ਤਰ੍ਹਾਂ ਨਹੀਂ ਦੇਸੀ ਅੰਬ ਹੋਣਾ ਨਿੱਕਾ 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 ਇਹ ਦੇਸੀ ਅੰਬਾਂ ਦਾ ਸਟਾਈਲ ਇਹ ਦਿਸਣ ਆਇਆ ਕਿਉਂਕਿ ਬੁਣ ਮੈਂ ਤੱਕਿਆ ਨਾ ਗਿਆ ਪੱਕੇ ਢੱਠੇ ਬੁਣ ਪੱਕੇ ਵੀ ਢੱਠੇ ਵੇ ਤਾਂ ਇੱਥੇ ਪੱਕਿਆ ਹੋਇਆ ਕੌਣ ਨਹੀਂ ਇਹ ਚੱਕਰਾਂ ਟਿਣੇ ਜਿਹੜੇ ਬਾਰਿਸ਼ਾਂ ਚੱਕਰ ਉਹਨਾਂ ਨੇ ਉਸ ਨਾਲ ਟਿਣੇ ਨੇ ਤਾਂ ਇੱਥੇ ਬੱਚਿਆਂ ਖਾਧੇ ਕੋਣੀ ਤਾਂ ਬਾਕੀ ਵੀ ਮਾਸ਼ਾਅੱਲਾ ਇੱਥੇ ਸਾਡੇ ਸਾਡੇ ਦਰਖਤ ਲੱਗੇ ਹੋਏ ਨੇ ਦਰਖਤ ਵੀ ਜ਼ਰੂਰ ਲਾਓ ਤੱਕੋ ਆਦਾ ਬੈਠੇ ਵੀ ਹੁਣ ਦਰਖਤਾਂ ਨੇ ਛਾਵੇਂ ਥੱਲੇ ਅਗਰ ਸ਼ਾਮ ਨਾ ਹੋਣੀ ਸੀ ਤਾਂ ਅਸਾਂ ਯਕੀਨ ਕਰੋ ਤਾਂ ਪੈ ਸੜਨੇ ਹੋਵਾਂ ਮੌਸਮ ਸਾਵਨ ਨਾ ਆਇਆ ਤਾਂ ਹਫ਼ ਸੀ ਜ਼ਿਆਦਾ ਤਾਂ ਪਸੀਨਾ ਤਾਂ ਵੈਸੇ ਵੀ ਨਾ ਅਜੇ ਤਾਂ ਨਿਕਲੋ ਕਿ ਅਜੇ ਤਾਂ ਖਲਦੇ ਰਹੋ ਸਿਮੀਲੇਰੀ ਹੈ ਪਤਾ ਹੀ ਹੈ ਲੱਗਣਾ ਆ ਕਿ ਜਿਹੜਾ ਆ ਸਨਾਈ ਤਾਂ ਹੀ ਆਇਓ ਸਾਈਕਲ ਨਾਲ ਹੀ ਆ ਸਿਸਟਮ ਹੈ ਗਾਰਾ ਤੱਕੋ ਨਾ ਚਾਚਾ ਯਕੀਨ ਕਰੋ ਜੇ ਬੜੇ ਬੰਦੇ ਨਾ ਬੜੇ ਬੰਦੇ ਹੀ ਹੱਲ ਕੱਢੀ ਸਕਣੇ ਦਿਮਾਗ ਹੋਣਾ ਨਾ ਯੰਗ ਜਨਰੇਸ਼ਨ ਜਿਹੜੀ ਹੈ ਨਾ ਇਹ ਜਜ਼ਬਾਤੀ ਹੈ ਜਨੂਨ ਹੈ ਮੈਂ ਜਿਹੜਾ ਗਾਰਾ ਦੱਸੂਗਾ ਉਹਨਾਂ ਸੀ ਹਲੋ ਇਹ ਚਾਚਾ ਜਲਦੀ ਕਰੋ ਕਿਉਂਕਿ ਅਸਾਂ ਡੜਿਆਲ ਵਾਪਸ ਜਾਣਾ ਹੈ ਪੰਜ ਕਾਜ ਵੀ ਹੈ ਦੋ ਮਿੰਟਾਂ ਹਲਾ ਪੁੱਤਰ ਇਹਦੇ ਬਾਈ ਨਾ ਰਿਵਰਸ ਤੱਕ ਸਕਣੇ ਲਿਖਿਆ ਵਾ ਐਚ ਐਚ ਲਿਖਿਆ ਵਾ ਕੀ ਨਾਂ ਹੈ ਤੁਹਾਡਾ ਹਨੀਫ ਹਨੀਫ ਐਚ ਫਾਰ ਹਨੀਫ ਜ਼ਬਰਦਸਤ ਇਹਦਾ ਨਵਾਂ ਕੰਮ ਕੀਤਾ ਕਿ ਇਹ ਅਪ ਟੂ ਡੇਟ ਨਵਾਂ ਮਾਡਲ ਲਾਈ ਗਿਆ ਕੰਮ ਹੈ ਤੂੰ ਕੋਲ ਲਿਖਾਇਆ ਕੀ ਆ ਤੂੰ ਕੋਲ ਲਿਖਾਇਆ ਨਾ ਉਸ ਨੇ ਬਾਲ ਬੱਦੇ ਵੇ ਨਾ ਲਕੂਨੋ ਕਰਾਸੀ ਨਾ ਫਿਰ ਉਸੀ ਤੂੰ ਇਹ ਲਿਖਿਆ ਠੀਕ ਹੈ ਕਿਆ ਇਹ ਲਿਖਸੇ ਇਹ ਠੀਕ ਹੈ ਸਕੂਲ ਪੜ੍ਹਨਾ ਹੈ ਕਿਤਨੀ ਦੂਸਰੀ ਤਾਂ ਤੂੰ ਕਿਤਨੀ ਪੜ੍ਹਨਾ ਹੈ ਦੋਸਤਾਂ ਤਾਂ ਇਹ ਕਿਆ ਮਾਸਟਰ ਮਿਸਾ ਆਇਆ ਆ ਦੇਖੋ ਨਹੀਂ ਹਾਂ ਲਿਖਣੇ ਮਾਰੇ ਨੀ ਕੂਨੋ ਕਰਾਉਣਾ ਪੈਣਾ ਇਸ ਕੂਨੋ ਕਰਾਇਆ ਵਾ ਇਸ ਕੂਨੋ ਨੀ ਕਰਾਇਆ ਵਾ ਪੈਟਿੰਡ ਕਰ ਸਕਦਾ ਨਹੀਂ ਪਹਿਲੇ ਇਹ ਦੀਪਕ ਤਾਂ ਜੇ ਤੂੰ ਦਾ ਪੜਾਣ ਚਾਹ ਦੇ ਨਾ ਤਾਚ ਪਾਇਆ ਹਾਏ 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 ਕੀ ਹੀ ਬਾਤ ਹੈ ਤੇ ਬਸ ਅਸਾਂ ਇੰਤਜ਼ਾਰ ਕਰ ਰਹੇ ਹਾਂ ਉਹਨੇ ਬਾਬਾ ਗੇਵੇ ਗਾਰਾ ਅੰਨੇ ਵਾਸਤੇ ਗਾਰਾ ਅਸ਼ਨਾ ਤਾਂ ਥੋੜਾ ਨੀਚੇ ਕਰੋ ਹੁਣ ਅੱਜ ਸਾਰੋਂ ਸੇ ਕਰੀਆ ਰਾਮ ਮਥਰਾ ਪਰ ਕਰਨਾ ਹਾਂਜੀ ਸਾਹਿਬ ਉਹ ਮੈਂ ਇੱਕ ਜੇ ਨਹੀਂ ਉਹ ਸੁਣਨ ਮੇਰੇ ਨਿੱਕੇ ਨਿੱਕੇ ਸ਼ੌਕ ਨਹੀਂ ਹੈ ਹਾਏ ਹਾਏ ਕਿਨ ਕਰੋ ਵੀ ਬਸ ਇਹ ਉਮਰ ਹੈ ਸ਼ੌਕਾਂ ਲਈ ਦਿਲਾਸ ਬੰਦਾ ਸਾਰੀ ਉਮਰ ਚ ਪੈਣਾ ਆ ਇਸਲਾ ਇਨਸਾਨ ਕੀ ਹੋਰ ਕਾਫੀ ਜਿਹੜੇ ਜਿਹੜੇ ਮੁਆਸ਼ਰੇ ਨੇ ਚੈਲੇਂਜਿਸ ਹੋਣੇ ਨਾ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਇਨਸਾਨੀ ਸ਼ੌਕਾਂ ਖਤਮ ਹੋ ਜਾਣੀਆਂ ਇੰਤਜ਼ਾਰ ਕਰ ਰਹੇ ਨੇ ਬਾਬੇ ਨਾ ਕਿ ਬਾਬਾ ਗੇਵੇ ਥਾਣੇ ਖੜਿਆ ਨੇ ਗਾਰਾ ਆਉਣੇ ਵਾਸਤੇ ਕੰਮ ਸਟਾਰਟ ਹੋਣਾ ਤਾਂ ਥੋੜ੍ਹਾ ਜਿਹਾ ਅੱਗੇ ਤੱਕਣੇ ਪ੍ਰੋਸੈਸ ਸਾਰਾ ਅੱਗੇ ਜਾਣਾ ਵੈਲ ਐਂਡ ਗੁੱਡ ਨਹੀਂ ਤਾਂ ਅਸਾਂ ਵਾਪਸ ਰੇਡਿਆ ਜਾ ਸਕਦੇ ਅੱਛਾ ਵੀ ਬਸ ਬਾਬਾ ਸਾਰੇ ਆ ਗਏ ਨੇ ਬੈਲਜੇ ਕਿ ਨਹੀਂ ਆਏ ਬਾਬਾ ਸਾਰਾ ਸੋਹਣਾ ਕੰਮ ਹੈ ਨਹੀਂ ਤਾਂ ਰੋਲਾ ਸੀ ਤਾਂ ਬਾਕੀ ਭਾਈਓ ਡੈਡੀ ਵੀ ਆਉਂਦੇ ਪਏ ਨੇ ਪਿੱਛੇ ਸਾਰਾ ਗਾਰਾ ਆਉਂਦਾ ਨੇ ਕਿਉਂਕਿ ਗਾਰਾ ਇਸ ਜਿਹਾ ਕੌਣ ਸੀ ਇੱਥੇ ਵੀ ਸਾਰਾ ਪੱਥਰ ਹੀ ਸੀ ਇਸਲਾ ਟਾਜਾ ਹੋ ਜਾ ਸੀ ਇਨਸ਼ਾ ਅੱਲਾ ਕਿਉਂਕਿ ਇੱਥੇ ਮਿੱਟੀ ਬਹੁਤ ਜ਼ਿਆਦਾ ਆ ਖੋਭਾ ਆ ਜਿਸ ਵਜ੍ਹਾ ਤੋਂ ਇਹ ਰੇੜੀ ਸਹੀ ਸਪੀਡ ਨਾਲ ਨਹੀਂ ਚੱਲਣੀ ਖੁੱਬੀ ਜਾਣੀ ਹੈ ਭਾਈ ਹੋਰ ਕਿੰਨੀ ਆਏ ਹੁਣ ਅਗਲਾ ਪ੍ਰੋਸੈਸ ਅਸਾਂ ਕਰ ਸਕਾਂ ਇਨਸ਼ਾਅੱਲਾ ਸਟਾਰਟ ਬਿਲਕੁਲ ਜੀ ਖਾਨ ਸਾਹਿਬ ਹੁਣ
ਬਾਹਰ ਗਾੜਾ ਨੀਚੇ ਬਣ ਪਏ ਤਾਂ ਕਿ ਇੱਕ ਬੋਕੀ ਚੱਲੇ ਨਾ ਤਾਂ ਬੋਕੀ ਇਜ਼ੀਲੀ ਸਲਿਪ ਹੋ ਜਾਏ ਨੀਚੇ ਜਾ ਠੀਕ ਹੈ। ਖਾਨ ਸਾਹਿਬ ਸਟਾਰਟ ਕਰੇਗਾ ਅਬ ਹਾਂ ਸਟਾਰਟ ਕਰੇਗਾ ਚਲੋ ਬਿਸਮਿਲ੍ਲਾ ਕਰੋ ਥੋੜ੍ਹਾ ਥੋੜ੍ਹਾ ਡਾਲ ਲਓ ਨਾ ਚਲੋ ਨਾਲ ਬਣਾ ਲਈ ਸੀ ਨਾ ਥੋੜ੍ਹਾ ਥੋੜ੍ਹਾ ਪ੍ਰੋਸੈਸ ਹੋਣਾ ਵਿਊਵਰਸ ਬੋਰਿੰਗ ਕਰਨੇ ਨੂੰ ਇਹ ਹਾਂ ਨੋ ਸਟੀਅਰਿੰਗ ਹੈ ਥੋੜਾ ਕੰਮ ਕੀਤਾ ਤੇ ਹੁਣ ਹਾਂ ਹੁਣ ਬਹਿਨੇ ਨੇ ਸਵਾਰ ਹੈ ਹੁਣ ਜਨਾਬ ਦੁਬਾਰਾ ਗੱਡੀ ਡੀਜ਼ਲ ਪੈ ਗਿਆ ਦੁਬਾਰਾ ਸਟਾਰਟ ਹੋ ਸੀ ਹੁਣ ਤੱਕ ਸੀ ਕਿਤਨੀ ਹੋਈ ਹੈ ਬੱਲੇ 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 ਪੱਥਰ ਆ ਗਿਆ ਹੁਣ ਸਾਰੇ ਸਾਇੰਸਦਾਨ ਬੈਠੇ ਹੋਏ ਸਿਰਫ ਕਰਸਨ ਪ੍ਰੈਕਟੀਕਲ ਚਲੋ ਜੀ ਉਹ ਇਤਨੇ ਬੱਟੇ ਦਾ ਇਸਨ ਨਹੀਂ ਨਾ ਸ਼ੁਕਰ ਆ ਬੱਦੇ ਦੇ ਨਹੀਂ ਤਾਂ ਆਈ ਗਏ ਜੀ ਅਸਾਂ ਸੰਡਲ ਬਾਜ਼ਾਰ ਅਤੇ ਇਹ ਰਸਤਾ ਜਾਣਾ ਆ ਕੁੜੀਆਂ ਨੇ ਡਿਗਰੀ ਕਾਲਜ ਵਾਲੇ ਪਾਸੇ ਅਤੇ ਇਹ ਇਕਰਾ ਮਾਡਲ ਸਕੂਲ ਹੈ ਸੰਡਲ ਬਾਜ਼ਾਰ ਨਾਲ ਗੱਡੀ ਅਸਾਂ ਇੱਥੇ ਖਲਾਈ ਹੈ ਅਤੇ ਬਾਈਕਲੀ ਮਾਹਨੇ ਕੁਝ ਖਾਈ ਪੀ ਜਾਓ ਬਾਕੀ ਜਨਾਬ ਲੱਭੇ ਨੇ ਇੱਥੇ ਮਿੱਠੇ ਚਾਵਲ ਜਨਾਬ
ਅਸਲ ਜੀ ਨਹੀਂ ਵੈਸੇ ਅਸਨੇ ਪਏ ਅਸਰ ਪਏ ਅਤੇ ਚੌਲ ਬਣਾਉਣੇ ਹੁੰਦੇ ਸੀ ਲੇਕਿਨ ਅੱਜ ਇਹਨੇ ਕੋਈ ਨਹੀਂ ਬਣਾਏ ਇਸ ਵਜ੍ਹਾ ਅਸੀਂ ਚਾਵਲ ਨਹੀਂ ਲੰਗਰ ਨੇ ਲੰਗਰ ਨਿਆਜ਼ ਨੇ ਮਾਸ਼ਾ ਅੱਲਾ ਜੀ ਹਾਂ ਨਾ ਠੀਕ ਹੈ ਭਾਈ ਸਾਰਾ ਕੁਝ ਹੋ ਗਿਆ ਕਿ ਇਨਸਾਨੀ ਚਾਹਤ ਹੋਣੀ ਦਿਲੋਂ ਸਾਰਾ ਕੁਝ ਹੋਣਾ ਜੀ ਵੀ ਬਸ ਪੁੱਜੀ ਹੈ ਕਾਰ ਭੁੱਖ ਵੀ ਮਾਸ਼ਾ ਅੱਲਾ ਦੁਬਾਰਾ ਲੱਗੀ ਪੈਣੀ ਅਤੇ ਬੰਦਾ ਵਿਹਲਾ ਹੋਇਆ ਨਾ ਭੁੱਖ ਜ਼ਿਆਦਾ ਲੱਗਣੀ ਹੈ ਅਤੇ ਅਸਾਂ ਨੇ ਕਾਰ ਚਾਵਲ ਲਾਏ ਨੇ ਨਿਆਜ਼ ਬਾਹਰੋਂ ਆਈ ਹੈ ਅਤੇ ਨਾਲ ਇਸਨੇ ਦਿੱਤਾ ਨੇ ਚਾਰ ਹਾਂ ਤੱਕੋ ਮਾਸ਼ਾ ਅੱਲਾ ਚਾਰ ਵਿੱਚ ਪਿਆ ਵਾ ਅਤੇ ਛੋਲਿਆਂ ਵਾਲੇ ਚਾਵਲ ਤਕਣਾ ਸਾ ਸ਼ਾਇਦ ਕੋਈ ਬੋਟੀ ਤਾਂ ਨਹੀਂ ਪਈ ਵੀ ਵਿੱਚ ਖਾਸਾ ਤਾਂ ਵੀ ਬਸ ਇਨਸ਼ਾ ਅੱਲਾ ਮੈਂ ਇੱਕ ਜਗ੍ਹਾ ਹੋਰ ਵੀ ਜਾਣਾ ਆ ਮਹਿਫਿਲ ਹੈ ਇਸੇ ਨਾਲ ਤੁਹਾਨੂੰ ਕਿਸਾਨ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਹੈ ਨੇਕ ਦੁਆ ਯਾਦ ਰੱਖਿਆ ਹੈ ਅੱਲਾ ਸੋਹਣੇ ਨੇ ਵਾਲੇ